सत श्री अकाल दोस्तों, जूम पंजाबी वेख रहे सारे ही दर्शकों का अज्ज के इस एपीसोड करते हैं बहुत बहुत स्वागत। जिवें कि तुसीं जानते हो कि पंजाबी दुनिया भर के वसते ने, पर एक अजिही कंट्री भी है जिथे पंजाबियों की गिनती तो थोड़ी है पर फिर भी बड़े ही चैलेंजेस नूं फेस करते हुए पंजाबी उत्थे भी पूरी चढ़दी कला दे विच वसते ने। हाँ जी, साडे नाल उत्थों एक स्पैशल गैसट जुड़ रहे हैं अज्ज के एपीसोड दे विच, गुरमोहित सिंह कुमन जो रहिंदे ने टोक्यो जापान दे विच। आओ उन्हां दे रूबरू हुंदे आ ते पुछदे आ जापान दे विच पंजाबियां दी जिहड़ी लाइफ आ ओह किस तरह चलदी आ। ਸਤਿ ਸ਼੍ਰੀ ਅਕਾਲ ਭਾਅ ਜੀ, ਥੈਂਕ ਯੂ ਸੋ ਮੱਚ ਮੈਨੂੰ ਆਪਣੇ ਪਲੇਟਫਾਰਮ 'ਤੇ ਮੌਕਾ ਦੇਣ ਲਈ। ਅਤੇ ਭਾਅ ਜੀ ਓਹਾਇਓ ਗਜ਼ਾਇਮਾਸ, ਪਹਿਲਾਂ ਤਾਂ ਗੁੱਡ ਮੋਰਨਿੰਗ ਭਾਅ ਜੀ ਤੁਹਾਨੂੰ ਤੁਹਾਡੇ ਹਿਸਾਬ ਨਾਲ ਜੈਪਨੀਜ਼ ਦੇ ਵਿੱਚ। ਵਾਹ ਜੀ ਵਾਹ। ਸੋ ਗੁਰਮੋਹਿਤ ਭਾਅ ਜੀ, ਪਹਿਲਾਂ ਤਾਂ ਇਹ ਦੱਸੋ ਕਿ ਤੁਸੀਂ ਜਾਪਾਨ ਦੇ ਵਿੱਚ ਕਿੰਨਾ ਸਮਾਂ ਬਤੀਤ ਕੀਤਾ ਹੈ? ਭਾਅ ਜੀ ਮੈਂ ਆਲਮੋਸਟ 1.5-2 ਸਾਲਾਂ ਤੋਂ ਇੱਥੇ ਰਹਿ ਰਿਹਾ ਭਾਅ ਜੀ ਜੀ ਜਾਪਾਨ ਦੇ ਵਿੱਚ ਜੀ। ਸੋ ਜੇ ਵੇਖਿਆ ਜਾਵੇ ਬਹੁਤਾ ਸਮਾਂ ਨਹੀਂ ਹੋਇਆ, ਪਰ ਫਿਰ ਵੀ ਤੁਸੀਂ ਐਜ਼ ਅ ਪੰਜਾਬੀ, ਜੇ ਅਸੀਂ ਸਭ ਤੋਂ ਪਹਿਲੀ ਗੱਲ ਅਗਰ ਕਰੀਏ, ਤੁਸੀਂ ਜਾਪਾਨ ਦਾ ਕਲਚਰ, ਹੈਰੀਟੇਜ, ਉੱਥੋਂ ਦੀ ਲੈਂਗੁਏਜ ਜਿਹੜੀ ਆ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ, ਅਤੇ ਉਹ ਚੀਜ਼ਾਂ ਦਾ ਜਿਵੇਂ ਇੱਕ ਡਿਫਰੈਂਟ ਕਲਚਰ ਦਾ ਕੀ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦੇ ਹੋ? ਭਾਅ ਜੀ ਇੱਥੋਂ ਦੇ ਕਲਚਰ ਦਾ ਵਰਲਡ ਦੇ ਵਿੱਚ ਇੱਕ ਲਾ ਲਓ ਵੀ ਡਿਫਰੈਂਟ ਹੀ ਐਗਜ਼ਾਮਪਲ ਮਿਲਦੀ ਆ ਵੀ ਇਹ ਕਲਚਰ ਜਿਹੜਾ ਵਨ ਆਫ ਦਾ ਵੈਰੀ ਸਟਰੋਂਗੈਸਟ ਕਲਚਰ ਰਿਹਾ ਹੁਣ ਤੱਕ ਦਾ। ਇੱਥੇ ਇੱਕ ਆਪਾਂ ਕਹੀਏ ਵੀ ਜਿਹੜੇ ਹਾਰਡ ਵਰਕਿੰਗ ਅਤੇ ਬਿਲਕੁਲ ਹੀ ਆਪਣੇ ਪੂਰਵਜਾਂ ਨੂੰ ਰਿਸਪੈਕਟ ਦੇਣ ਵਾਲੇ ਲੋਕ ਜਿਹੜੇ ਆ ਮੰਨੇ ਜਾਂਦੇ ਆ, ਅਤੇ ਇਹ ਇਹਨਾਂ ਦਾ ਇੰਬੈਡਿਡ ਆ ਕਲਚਰ ਦੇ ਵਿੱਚ ਆਲਰੇਡੀ। ਅਤੇ ਜਦੋਂ ਜੇ ਇਹਨੂੰ ਆਪਾਂ ਆਪਣੇ ਕਲਚਰ ਨਾਲ ਥੋੜ੍ਹਾ ਜਿਹਾ ਕੰਪੇਅਰ ਕਰੀਏ ਤਾਂ ਪ੍ਰੀਟੀ ਮੱਚ ਸਿਮਿਲਰ ਹੀ ਹੈ ਜੀ। ਥੋੜ੍ਹੇ ਜਿਹੇ ਰਿਲੀਜੀਅਸ ਬਿਲੀਵ ਡਿਫਰੈਂਟ ਨੇ, ਅਤੇ ਦੂਜਾ ਇੱਕ ਕਹਿ ਲਓ ਵੀ ਜਿਹੜਾ ਕਿ ਸੁਪਰਸਟੀਸ਼ੀਅਸ ਜਿਹੜਾ ਵਾ ਹਿਸਾਬ ਤਾਬ ਉਹ ਥੋੜ੍ਹਾ ਜ਼ਿਆਦਾ ਵਾ ਐਜ਼ ਕੰਪੇਅਰ ਟੂ ਸਿੱਖ ਰਿਲੀਜਨ। ਥੋੜ੍ਹਾ ਜਿਹਾ ਆਪਾਂ ਹਿੰਦੂਇਜ਼ਮ ਦੇ ਵਿੱਚ ਥੋੜ੍ਹਾ ਜਿਹਾ ਮੰਨਿਆ ਜਾਂਦਾ, ਅਤੇ ਚਲੋ ਉੱਦਾਂ ਥੋੜ੍ਹਾ ਜਿਹਾ ਉਹਦੇ 'ਚ ਆਪਾਂ ਕਹਿ ਦਿੰਦੇ ਹਾਂ ਵੀ ਸੋਰੀ ਵੀ ਉਹ ਪ੍ਰੀਟੀ ਮੱਚ ਸੇਮ ਜਿਹਾ ਚੱਲ ਜਾਂਦਾ ਹਿਸਾਬ ਤਾਂ ਬਸ ਸੇਮ ਜੀ ਚੀਜ਼ ਆ। ਹਾਂਜੀ। ਅੱਛਾ ਗੁਰਮੋਹਿਤ ਭਾਅ ਜੀ, ਇੱਕ ਚੀਜ਼ ਆ ਜਿਵੇਂ ਵੇਖੋ ਪੰਜਾਬੀ ਜਿਹੜੇ ਵਿਦੇਸ਼ਾਂ ਦੇ ਵਿੱਚ ਆਉਂਦੇ ਆ, ਚਲੋ ਕਹਿੰਦੇ ਪੰਜਾਬੀ ਨੂੰ ਜਦੋਂ ਪੰਜਾਬ 'ਚੋਂ ਵੀ ਜੇ ਨਿਕਲ ਕੇ ਇੰਡੀਆ ਦੇ ਵਿੱਚ ਵੀ ਕਿਤੇ ਜਾਣਾ ਹੋਵੇ ਤਾਂ ਪਹਿਲਾਂ ਹਿੰਦੀ ਦੇ ਨਾਲ ਘੁਲਣਾ ਪੈਂਦਾ, ਅਤੇ ਜੇ ਅਸੀਂ ਕਿਤੇ ਵਿਦੇਸ਼ਾਂ 'ਚ ਪਹੁੰਚ ਜਾਈਏ ਤਾਂ ਅੰਗਰੇਜ਼ੀ ਨਾਲ ਵੀ ਘੋਲ ਘਲ ਕੇ ਕਿਸੇ ਨਾ ਕਿਸੇ ਤਰੀਕੇ ਅਸੀਂ ਸੈੱਟ ਕਰ ਲੈਂਦੇ ਜਾਂ ਕਿਸੇ ਨਾ ਕੋਈ ਨਾ ਤਰੀਕੇ ਨਾਲ ਆਪਣੀ ਗੱਲ ਜਿਹੜੀ ਆ ਉਹ ਕਹਿ ਦਿੰਦੇ ਹਾਂ, ਹੈ ਨਾ, ਅਤੇ ਕੋਈ ਪੁਆਇੰਟ ਕਿਸੇ ਦਾ ਪੜ੍ਹ ਕੇ ਸਮਝ ਵੀ ਲੈਂਦੇ ਹਾਂ। ਹਾਂਜੀ। ਗੱਲ ਕਰੀਏ ਜਾਪਾਨ ਦੀ, ਜਾਪਾਨ ਦੀ ਜਿਹੜੀ ਭਾਸ਼ਾ ਇਸ ਤਰ੍ਹਾਂ ਦੀ ਹੈ ਕਿ ਉੱਥੇ ਅੰਗਰੇਜ਼ੀ ਜਿਹੜੀ ਭਾਸ਼ਾ ਵਾ ਬਹੁਤ ਵਿਰਲੀ ਹੀ ਵਰਤੀ ਜਾਂਦੀ ਹੈ ਜਿੰਨਾ ਕੁ ਸਾਡੇ ਸੁਣਨ 'ਚ ਆਇਆ। ਅੰਗਰੇਜ਼ੀ ਦੀ ਜਿਹੜੀ ਆ ਉੱਥੇ ਯੂਜੇਜ ਬਹੁਤ ਥੋੜ੍ਹੀ ਆ, ਅਤੇ ਪੰਜਾਬੀਆਂ ਨੂੰ ਜਾਪਾਨੀ ਭਾਸ਼ਾ ਦੇ ਨਾਲ ਕਿਸ ਤਰ੍ਹਾਂ ਘੁਲਣਾ ਪੈਂਦਾ ਇਹਦੇ ਬਾਰੇ ਵੀ ਥੋੜ੍ਹਾ ਜਿਹਾ ਦੱਸੋ। ਹਾਂ ਹਾਂ ਬਿਲਕੁਲ ਭਾਅ ਜੀ, ਤੁਹਾਡੀ ਬਿਲਕੁਲ ਗੱਲ ਸੱਚ ਆ ਵੀ ਆਪਾਂ ਘੁਲ ਤਾਂ ਲੈਂਦੇ ਹਾਂ, ਅਤੇ ਇਹ ਗੱਲ ਇਹ ਆ ਵੀ ਆਪਾਂ ਨੂੰ ਟਾਈਮ ਨਾਲ ਇਹ ਚੀਜ਼ ਆ ਵੀ ਜਾਂਦੀ ਆ ਜੀ। ਅਤੇ ਭਾਅ ਜੀ ਪ੍ਰੀਟੀ ਮੱਚ ਲਾ ਲਓ ਵੀ ਪੰਜਾਬੀ ਦਾ ਅਤੇ ਜੈਪਨੀਜ਼ ਦਾ ਸਕ੍ਰਿਪਟ ਦੇ ਹਿਸਾਬ ਨਾਲ ਲਾਇਆ ਜਾਏ ਤਾਂ ਇਹਨਾਂ ਦਾ ਸਟਰਕਚਰ ਸੇਮ ਹੀ ਆ। ਜਿਸ ਤਰ੍ਹਾਂ ਆਪਾਂ ਪੰਜਾਬੀ ਨੂੰ ਇੱਕ ਵਰਡ ਦੇ ਵਿੱਚ ਰੱਖ ਕੇ, ਹੁਣ ਮੈਂ ਬਹੁਤਾ ਡਿਟੇਲ ਦੇ ਵਿੱਚ ਲੈਂਗੁਏਜ 'ਚ ਜਿਹੜੀ ਸਮਝਾਉਣ ਜਾਵਾਂ ਤਾਂ ਕਾਫੀ ਲੰਬੀ ਗੱਲ ਹੋ ਜਾਣੀ ਆ ਜੀ। ਛੋਟੀ ਗੱਲ ਕਰਦਿਆਂ ਹੋਇਆ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਜੈਪਨੀਜ਼ ਦੇ ਵਿੱਚ 3 ਤਰ੍ਹਾਂ ਦੀਆਂ ਸਕ੍ਰਿਪਟਸ ਹੁੰਦੀਆਂ ਨੇ, ਜਿਹੜੀਆਂ ਕਿ ਇੱਕ ਹੁੰਦੀ ਆ ਹੀਰਾਗਾਨਾ, ਇੱਕ ਹੁੰਦੀ ਆ ਕਾਤਾਕਾਨਾ, ਅਤੇ ਇੱਕ ਹੁੰਦੀ ਆ ਕਾਂਜੀ। ਭਾਅ ਜੀ ਤਿੰਨਾਂ ਸਕ੍ਰਿਪਟਸ ਦਾ ਅਲੱਗ ਅਲੱਗ ਆਪਣੇ ਲੈਵਲ 'ਤੇ ਫੰਕਸ਼ਨ ਹੈ ਜੀ, ਆਪਣੇ ਆਪ ਮਤਲਬ ਤਿੰਨੇ ਅਲੱਗ ਅਲੱਗ ਚੀਜ਼ਾਂ ਸਰਵ ਕਰਦੀਆਂ ਨੇ। ਹਾਂਜੀ। ਹੀਰਾਗਾਨਾ ਜਿਹੜੀ ਆ ਉਹ ਮੋਸਟਲੀ ਜੈਪਨੀਜ਼ ਵਰਡਸ ਜਾਂ ਕੋਈ ਵੀ ਜੈਪਨੀਜ਼ ਨੂੰ ਜੈਪਨੀਜ਼ ਨਾਲ ਗੱਲ ਕਰਨੀ ਆ ਤਾਂ ਉੱਥੇ ਹੀਰਾਗਾਨਾ ਯੂਜ਼ ਹੁੰਦੀ ਆ। ਜੇ ਕਾਤਾਕਾਨਾ ਜਿਹੜੀ ਆ ਉਹਦੇ ਵਿੱਚ ਥੋੜ੍ਹੇ ਜਿਹੇ ਫੋਰਨ ਵਰਡਸ ਨੂੰ ਐਡਰੈਸ ਕਰਨਾ ਹੋਏ ਤਾਂ ਉੱਥੇ ਕਾਤਾਕਾਨਾ ਯੂਜ਼ ਕਰਨੀ ਪੈਂਦੀ ਆ ਆਪਾਂ ਨੂੰ ਜੀ। ਥਰਡ ਆ ਜਾਂਦੀ ਭਾਅ ਜੀ ਕਾਂਜੀ। ਕਾਂਜੀ ਜਿਹੜੀ ਹੈ ਕਿ ਚਾਈਨੀਜ਼ ਇੱਕ ਸਕ੍ਰਿਪਟ ਆ ਉੱਥੋਂ ਬੋਰੋ ਕੀਤੀ ਹੋਈ ਆ ਜੈਪਨੀਜ਼ ਲੋਕਾਂ ਨੇ, ਅਤੇ ਉਹ ਬੇਸਿਕਲੀ ਸਭ ਤੋਂ ਹਾਰਡੈਸਟ ਮੰਨੀ ਜਾਂਦੀ ਹੈ, ਅਤੇ ਉਹ ਥੋੜ੍ਹੀ ਸਾਈਨ ਲੈਂਗੁਏਜ ਇੱਕ ਤਰ੍ਹਾਂ ਕਹਿ ਲਓ ਵੀ ਕਿਸੇ ਵੀ ਚੀਜ਼ ਨੂੰ ਸ਼ਾਰਟ ਕਰਕੇ ਲਿਖਿਆ ਹੋਇਆ ਤਾਂ ਉਹਦਾ ਇੱਕ ਡਾਇਗ੍ਰਾਮ ਬਣਾ ਦਿੱਤਾ ਜਾਂਦਾ ਅਤੇ ਉਹਨੂੰ ਆਪਾਂ ਕਾਂਜੀ ਕਹਿ ਦਿੰਦੇ ਹਾਂ। ਸੋ ਉਹ ਥੋੜ੍ਹੀ ਜਿਹੀ ਹਾਰਡੈਸਟ ਮੰਨੀ ਜਾਂਦੀ ਹੈ।
ਮਤਲਬ ਕਹਿ ਸਕਦੇ ਹਾਂ ਕਿ ਜਿਹੜੀ ਚੀਜ਼ ਜਪਾਨ ਦੇ ਵਿੱਚ ਜੇ ਕਹਿ ਲਏ ਕਿ ਇਨਵੈਂਟ ਨਹੀਂ ਹੋਈ ਜਾਂ ਜਿਵੇਂ ਕਹਿ ਸਕਦੇ ਹਾਂ ਕਿ ਕੋਈ ਵੀ ਐਸੀ ਵਸਤੂ ਜਿਹੜੀ ਫੋਰਨ ਤੋਂ ਆਉਂਦੀ ਆ ਉੱਥੇ ਅਤੇ ਜਪਾਨੀਆਂ ਨੇ ਉਹਦਾ ਵੀ ਜਿਹੜਾ ਨਾਮ ਆ ਉਹ ਇੱਕ ਮਤਲਬ ਜਪਾਨੀ ਭਾਸ਼ਾ ਦੇ ਵਿੱਚ ਉਹਦਾ ਨਾਮ ਦਿੱਤਾ। ਜਿਵੇਂ ਆਪਾਂ ਫਰਿੱਜ ਦੀ ਗੱਲ ਕਰੀਏ ਕਿ ਜਦੋਂ ਫਰਿੱਜ ਜਦੋਂ ਪੰਜਾਬ ਦੇ ਵਿੱਚ ਆਈ ਤਾਂ ਉਹ ਫਰਿੱਜ ਦੀ ਫਰਿੱਜ ਹੀ ਰਹਿ ਗਈ ਆ, ਰਾਈਟ? ਉਹ ਲੋਕ ਘੜਿਆਂ ਤੋਂ ਅਤੇ ਫਰਿੱਜ ਦੇ ਆ ਗਏ ਆ, ਪਰ ਜਿਹੜਾ ਸ਼ਬਦ ਆ ਉਹ ਅਜੇ ਵੀ ਅੰਗਰੇਜ਼ੀ ਵਾਲਾ ਹੀ ਵਰਤਦੇ ਆ। ਸੋ ਤੁਹਾਡੇ ਕਹਿੰਦਾ ਮਤਲਬ ਕਿ ਜਪਾਨ ਦੇ ਵਿੱਚ ਜਿਹੜੇ ਫੋਰਨ ਪ੍ਰੋਡਕਟਸ ਨੇ ਜਾਂ ਕੋਈ ਵੀ ਚੀਜ਼ ਇਸ ਤਰ੍ਹਾਂ ਦੀ ਹੈਗੀ ਆ ਉਹਨਾਂ ਵੀ ਜਪਾਨੀ ਅਨੁਵਾਦ ਕਰਕੇ ਉਹਨਾਂ ਇੱਕ ਨਾਮ ਰੱਖਿਆ ਗਿਆ। ਹਾਂਜੀ ਭਾਜੀ, ਬਿਲਕੁਲ ਬਿਲਕੁਲ। ਉਹਨਾਂ ਨੇ, ਮੈਂ ਐਗਜ਼ਾਮਪਲ ਤੁਹਾਨੂੰ ਦਿੰਦਾ, ਜਿੱਦਾਂ ਕਿ ਵਾਸ਼ਿੰਗ ਮਸ਼ੀਨ ਨੂੰ ਇੱਥੇ ਕਹਿ ਦਿੰਦੇ ਆ, ਵਾਸ਼ਿੰਗ ਮਸ਼ੀਨ ਨਹੀਂ ਕਹਿੰਦੇ ਹੈਗੇ, ਉਹਨੂੰ ਸੈਨਤਾਕੀ ਕਹਿੰਦੇ ਆ। ਅੱਛਾ ਜੀ। ਸੋ ਇੱਦਾਂ ਦੀ ਕਈ ਵਰਡ ਜਾਂ ਕਈ ਚੀਜ਼ਾਂ ਨੇ ਜਿਨ੍ਹਾਂ ਨੂੰ ਆਪਾਂ ਨੂੰ ਫੋਰਨ ਤੋਂ ਉਹਨੂੰ ਜੈਪਨੀਜ਼ ਦੇ ਵਿੱਚ ਬਦਲਿਆ ਗਿਆ। ਜਿਵੇਂ ਹੁਣ ਪੰਜਾਬ ਦਾ ਨਾਂ ਜਿਹੜਾ ਆਪਾਂ ਪੰਜਾਬ ਕਹਿੰਦੇ ਹਾਂ, ਜਪਾਨ ਦਾ ਜਿਹੜਾ ਅਸਲੀ ਨਾਂ ਹੈ ਉਹ ਨਿਪੋਨ ਜਾਂ ਉਹਨੂੰ ਨਿਹੋਨ ਕਹਿ ਦਿੰਦੇ ਆ ਜੀ, ਤੇ ਉਦਾਂ ਹੀ ਉਹ ਜੈਪਨੀਜ਼ ਲੈਂਗੁਏਜ ਨੂੰ ਵੀ ਨਿਹੋਂਗੋ ਕਹਿ ਦਿੰਦੇ ਆ ਜੀ, ਵੀ ਜੈਪਨੀਜ਼ ਲੈਂਗੁਏਜ ਨਿਹੋਨ ਜਿਹੜੀ ਹੁੰਦੀ ਆ ਉਹ ਲੈਂਗੁਏਜ ਹੋ ਗਈ, ਗੋ ਹੁੰਦੀ ਆ ਵੀ ਸਕ੍ਰਿਪਟ। ਅੱਛਾ ਜੀ, ਹਾਂਜੀ। ਸੋ ਇਹਦੇ ਕਰਕੇ ਲੈਂਗੁਏਜ ਕਰਕੇ ਇੱਕ ਕਮਿਊਨੀਕੇਸ਼ਨ ਬੈਰੀਅਰ ਤੇ ਆਉਂਦਾ ਵਾ, ਕੰਮਾਂ ਦੇ ਉੱਪਰ ਕਿੰਨੀ ਕੁ ਜਿਹੜੀ ਆ ਇਸ ਚੀਜ਼ ਨੂੰ ਲੈ ਕੇ ਕਹਿ ਸਕਦੇ ਹਾਂ ਕਿ ਇੱਕ ਹਰਡਲ ਜਿਹੜਾ ਵਾ ਉਹ ਬਣਦਾ ਵਾ ਜਾਂ ਉਹਨੂੰ ਲੈ ਕੇ ਕੋਈ ਪ੍ਰੋਬਲਮਸ ਆਉਂਦੀਆਂ ਨੇ ਕੰਮਾਂਕਾਰਾਂ ਨੂੰ ਲੈ ਕੇ ਪੰਜਾਬੀਆਂ ਨੂੰ? ਹਾਂਜੀ ਭਾਜੀ, ਇਹ ਹੁਣ ਅੱਜ ਦੇ ਟਾਈਮ ਦੇ ਵਿੱਚ ਥੋੜ੍ਹਾ ਘੱਟ ਰਿਹਾ ਵਾ, ਪਰ ਗੱਲ ਇਹ ਆ ਵੀ ਆਪਣੇ ਆਪਣੀ ਫੀਲਡ 'ਤੇ ਡਿਪੈਂਡ ਕਰਦਾ ਵੀ ਤੁਸੀਂ ਕਿੱਦਾਂ ਦਾ ਕੰਮ ਕਰ ਰਹੇ ਹੋ ਜੀ। ਰਾਈਟ ਨਾਓ ਵਾਈਟ ਕਲਰ ਜੋਬ ਦੇ ਵਿੱਚ ਪ੍ਰੀਟੀ ਮੱਚ ਇਹ ਚੀਜ਼ ਨਹੀਂ ਹੈਗੀ ਜੀ। ਕੋਈ ਵੀ ਬੰਦਾ ਆਪਣੀ ਸਕਿੱਲ ਦੇ ਮੁਤਾਬਕ ਇਸ ਫੀਲਡ ਕਿਸੇ ਫੀਲਡ 'ਚ ਸਕਸੈਸਫੁਲ ਹੋ ਸਕਦਾ, ਇੱਥੇ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਲੈਂਗੁਏਜ ਬੈਰੀਅਰ ਸਿਰਫ ਉਹਨੂੰ ਆਪਣੇ ਸੋਸ਼ਲਾਈਜ਼ ਹੋਣ ਦੇ ਵਿੱਚ ਆ ਸਕਦੇ ਆ, ਬਾਕੀ ਕੰਮ ਦੇ ਵਿੱਚ ਉਹਨੂੰ ਸਕਿੱਲ ਬੇਸਡ ਮੈਰਿਟ ਹੀ ਚੱਲਦੀ ਆ। ਥੋੜ੍ਹਾ ਜਿਹਾ ਹਾਇਰਾਰਕੀ ਸਿਸਟਮ ਹੈ ਇੱਥੇ ਵੀ ਆਪਣੇ ਸੀਨੀਅਰ ਦੇ ਤੁਸੀਂ ਲਾਗੇ ਰਹੋਗੇ ਤਾਂ ਤੁਹਾਡੀ ਓਪਰਚੁਨਿਟੀ ਵੱਧ ਜੂਗੀ, ਜਿੱਦਾਂ ਕਿ ਉਹ ਆਪਾਂ ਨੂੰ ਉਹਦੇ ਨਾਲ ਨੇੜੇ ਬਣਾ ਕੇ ਰੱਖਣੀ ਪੈਂਦੀ ਆ, ਅਤੇ ਉਹ ਸਿਸਟਮ ਜਿਹੜਾ ਜ਼ਿਆਦਾ ਹਾਵੀ ਆ ਰਾਦਰ ਦੈਨ ਲੈਂਗੁਏਜ ਦੇ ਬੇਸ 'ਤੇ ਕਈ ਕੰਪਨੀਜ਼ ਦੇ ਵਿੱਚ। ਮੋਸਟ ਕਈ ਕੰਪਨੀਆਂ ਹੈ ਨੇ ਹਜੇ ਉਹ ਬਹੁਤ ਸਟ੍ਰਿਕਟਲੀ ਫੋਲੋ ਵੀ ਕਰ ਰਹੀਆਂ ਨੇ ਜੈਪਨੀਜ਼ ਕਲਚਰ ਨੂੰ, ਪਰ ਉਹਨਾਂ ਨੂੰ ਆਟੋਮੈਟਿਕਲੀ ਫੋਰਨਰ ਨੂੰ ਚਾਂਸ ਦੇਣਾ ਹੀ ਪੈ ਰਿਹਾ ਸਕਸੈਸਫੁਲ ਹੋਣ ਵਾਸਤੇ। ਸੋ ਲੈਂਗੁਏਜ ਆਟੋਮੈਟਿਕਲੀ ਉੱਥੇ ਨਿਊਟਰਲ ਕਰ ਰਹੇ ਆ ਉਸ ਚੀਜ਼ ਨੂੰ, ਇਹ ਇੰਨੀ ਪ੍ਰੋਬਲਮ ਨਹੀਂ ਬਣ ਰਹੀ ਉਹਨਾਂ ਉੱਥੇ। ਰਾਈਟ। ਜੇ ਅਸੀਂ ਗੱਲ ਕਰੀਏ ਹੁਣ ਲੋਕਾਂ ਦੇ ਉੱਥੋਂ ਦੇ ਸੁਭਾਅ ਦੀ ਅਤੇ ਉੱਥੋਂ ਦਾ ਇਨਵਾਇਰਮੈਂਟ ਜਿਹੜਾ ਵਾ ਉਹ ਕਿਸ ਤਰ੍ਹਾਂ ਦਾ ਵਾ, ਪੰਜਾਬੀਆਂ ਪ੍ਰਤੀ ਕੋਈ ਨਸਲੀ ਭੇਦਭਾਵ ਦੀ ਕੋਈ ਹਿੰਸਾ ਹੁੰਦੀ ਹੋਵੇ ਕੋਈ ਇਸ ਤਰ੍ਹਾਂ ਦਾ ਜਿਹੜਾ ਵਾ? ਅਕਸਰ ਵੇਖਿਆ ਕਿ ਵਿਦੇਸ਼ਾਂ ਦੇ ਵਿੱਚ ਸਾਡੀਆਂ ਦਸਤਾਰਾਂ ਕਰਕੇ ਸਾਨੂੰ ਜਿਹੜਾ ਵਾ ਸਾਡੇ ਜਿਹੜੇ ਬਜ਼ੁਰਗ ਰਹੇ ਨੇ ਇੱਥੇ ਇਹਨਾਂ ਦੇਸ਼ਾਂ ਦੇ ਵਿੱਚ ਜਾਂ ਸਾਡੇ ਤੋਂ ਜਿਹੜੇ ਪਹਿਲਾਂ ਆਏ ਨੇ ਪੰਜਾਬੀ, ਖਾਸ ਕਰਕੇ 9/11 ਦੇ ਦੌਰ ਤੋਂ ਬਾਅਦ ਬੜੇ ਹੀ ਚੈਲੇਂਜਸ ਫੇਸ ਕਰਨੇ ਪਏ ਆ ਆਪਣੀ ਆਈਡੈਂਟੀ ਨੂੰ ਲੈ ਕੇ। ਕੀ ਜਪਾਨ ਦੇ ਵਿੱਚ ਵੀ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਉਹ ਹੁੰਦੀਆਂ ਨੇ? ਭਾਅ ਜੀ, ਕੋਈ ਹੇਟ ਕ੍ਰਾਈਮ ਆਪਣੀ ਕਮਿਊਨਿਟੀ ਦੇ ਅਗੇਂਸਟ ਤਾਂ ਨਹੀਂ ਕੋਈ ਸੁਣ 'ਚ ਆਇਆ ਹਜੇ ਤੱਕ ਕਦੇ ਵੀ ਮੈਨੂੰ। ਮੇਰੀ ਸ਼ਾਇਦ ਪੁਰਾਣੀ ਜਨਰੇਸ਼ਨ ਨੂੰ ਮੇ ਬੀ ਆਇਆ ਜਾਂ ਹੋ ਸਕਦਾ, ਬਟ ਰਾਈਟ ਨਾਓ ਜਿੱਥੋਂ ਤੱਕ ਕਿ ਮੇਰੇ ਆਪਣੇ ਪਰਸਨਲ ਐਕਸਪੀਰੀਅੰਸਿਸ ਨੇ ਉਹਦੇ ਵਿੱਚ ਇਹ ਹੈ ਵੀ ਇੱਥੋਂ ਦੇ ਲੋਕਾਂ ਨੂੰ ਕਿਊਰੋਸਿਟੀ ਹੁੰਦੀ ਹੈ ਅਤੇ ਉਹ ਸ਼ਾਈਨੈਸ ਵੀ ਹੁੰਦੀ ਹੈ ਵੀ ਅਸੀਂ ਇਹਨੂੰ ਪੁੱਛੀਏ ਕਿੱਦਾਂ ਬੰਦੇ ਨੂੰ ਵੀ ਇਹ ਕਿੱਥੋਂ ਆਇਆ। ਸੋ ਦੇ ਗੈਟ ਕਿਊਰੀਅਸ ਕਿ ਇਹਨੇ ਸਿਰ 'ਤੇ ਪੱਗ ਬੰਨੀ ਆ ਅਤੇ ਕਿੱਦਾਂ ਕਿੱਥੋਂ ਆਇਆ ਕਿਹੜੇ ਦੇਸ਼ ਤੋਂ ਆਇਆ, ਬਟ ਦੇ ਵੋਂਟ ਯੂ ਨੋ ਕ੍ਰੀਏਟ ਐਨੀ ਨਿਊਸੈਂਸ ਟੁਵਰਡਸ ਯੂ, ਅਤੇ ਤੁਹਾਨੂੰ ਕਦੇ ਵੀ ਉਹ ਬੈਡ ਫੀਲ ਨਹੀਂ ਕਰਾਉਣਗੇ। ਮੇਰੇ ਫਾਦਰ ਸਾਹਿਬ ਵੀ ਇੱਥੇ ਰਹੇ ਆ ਜੀ ਕਾਫੀ ਚਿਰ, ਉਹਨਾਂ ਨੂੰ ਕਦੇ ਵੀ ਕੋਈ ਪ੍ਰੋਬਲਮ ਨਹੀਂ ਆਈ। ਮੋਸਟਲੀ ਉਹਨਾਂ ਦੇ ਕਮਿਊਨਿਟੀ ਦੇ ਨਾਲ ਜਿੰਨੇ ਵੀ ਟਾਈ ਸਨ ਉਹਦੇ ਵਿੱਚ ਜੈਪਨੀਜ਼ ਬੰਦੇ ਬਹੁਤ ਸਨ, ਹਾਲਾਂਕਿ ਉਹਨਾਂ ਨੂੰ ਇੰਗਲਿਸ਼ ਵੀ ਬਹੁਤ ਘੱਟ ਆਉਂਦੀ ਆ, ਅਤੇ ਉਹ ਫਿਰ ਵੀ ਇੱਥੋਂ ਦੇ ਲੋਕਾਂ ਨਾਲ ਬੜੇ ਵਧੀਆ ਤਰੀਕੇ ਨਾਲ ਇੰਟਰੈਕਟ ਕਰਦੇ ਆ ਜੀ, ਅਤੇ ਹੁਣ ਵੀ ਜਦੋਂ ਵੀ ਆਉਂਦੇ ਆ ਤਾਂ ਉਹ ਵਧੀਆ ਇੱਥੇ ਇੰਜੋਏ ਕਰਕੇ ਜਾਂਦੇ ਆ, ਵਧੀਆ ਉਹਨਾਂ ਨੂੰ ਬਹੁਤ ਵਧੀਆ ਲੱਗਦਾ ਇੱਥੇ। ਸੋ ਤੁਸੀਂ ਆਪ ਹਿਸਾਬ ਲਾ ਲਓ ਵੀ ਵਿਦਆਊਟ ਐਨੀ ਲੈਂਗੁਏਜ ਫਿਰ ਵੀ ਉਹਨਾਂ ਨੂੰ ਇੱਥੇ ਕੋਈ ਪ੍ਰੋਬਲਮ ਨਹੀਂ ਹੈਗੀ। ਜੇ ਗੱਲ ਕਰੀਏ ਹੁਣ ਟੂਰਿਜ਼ਮ ਦੀ, ਹੈ ਨਾ, ਟੂਰਿਜ਼ਮ ਦੇ ਵਿੱਚ ਜ਼ਿਆਦਾਤਰ ਜਿਹੜੇ ਪੰਜਾਬੀ ਨੇ, ਹੈ ਨਾ, ਆਪਾਂ ਦੇਖਿਆ ਕਿ ਯੂਰਪ ਹੋ ਗਿਆ, ਮਿਡਲ ਈਸਟ ਦੇ ਵਿੱਚ ਦੁਬਈ ਵਗੈਰਾ ਘੁੰਮਣਾ, ਆਬੂਧਾਬੀ ਘੁੰਮਣਾ, ਜਾਂ ਯੂਰੋਪੀਅਨ ਕੰਟਰੀਜ਼ ਦੇ ਵਿੱਚ ਜਾਂ ਅਮੈਰੀਕਾ ਕੈਨੇਡਾ ਘੁੰਮਣਾ ਜ਼ਿਆਦਾ ਪਸੰਦ ਕਰਦੇ ਨੇ। ਜਪਾਨ ਨੂੰ ਟੂਰਿਜ਼ਮ ਦੇ ਵੱਲ ਕਿਵੇਂ ਦੇਖਿਆ ਜਾ ਸਕਦਾ ਵਾ? ਇੱਕ ਚੈਲੇਂਜਸ ਫੇਸ ਕਰਨੇ ਪੈ ਸਕਦੇ, ਖਾਸ ਕਰਕੇ ਜਿਹੜੇ ਵੈਜੀਟੇਰੀਅਨ ਲੋਕ ਨੇ, ਹੈ ਨਾ,
ਉਹਨਾਂ ਵਾਸਤੇ ਤੇ ਜਾਪਾਨ ਵਰਗੇ ਦੇਸ਼ ਦੇ ਵਿੱਚ ਕਿਹੋ ਜਿਹੀਆਂ ਜਿਹੜੀਆਂ ਕਠਿਨਾਈਆਂ ਨੇ ਉਹ ਆ ਸਕਦੀਆਂ ਨੇ? ਭਾਅ ਜੀ, ਟੂਰਿਜ਼ਮ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਭਾਅ ਜੀ ਇੱਥੇ, ਕਿਉਂਕਿ ਇੱਕ ਦੂਜੇ ਦੇ ਨਾਲ ਇੱਥੇ ਜਿੱਦਾਂ ਵੀ ਜਾਪਨੀਜ਼ ਜਿਹੜੇ ਆ ਉਹ ਬਹੁਤ ਵਧੀਆ ਇੰਟਰੈਕਟ ਕਰਦੇ ਆ, ਅਤੇ ਕਮਿਊਨੀਕੇਸ਼ਨ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੁੰਦੀ ਹੈਗੀ, ਕਿਉਂਕਿ ਉਹ ਤੁਹਾਨੂੰ ਬੇਸਿਕਲੀ ਸਾਰੀਆਂ ਗੱਲਾਂ ਦੱਸ ਦਿੰਦੇ ਆ, ਸਮਝਾ ਦਿੰਦੇ ਆ, ਕੋਈ ਨਾ ਗਾਈਡਸ ਵਗੈਰਾ ਜਾਂ ਜਿੱਦਾਂ ਵੀ ਸਾਰਾ ਕੁਛ ਅਵੇਲੇਬਲ ਹੈਗਾ। ਜੇ ਆਪਾਂ ਉੱਦਾਂ ਇੱਥੋਂ ਦੀ ਕਹੀਏ ਵੀ ਸੁੰਦਰਤਾ, ਤਾਂ ਉਹ ਤਾਂ ਮੈਂ ਕਹਿੰਦਾ ਵੀ ਆਲਮੋਸਟ ਯੂਰੋਪੀਅਨ ਕੰਟਰੀਜ਼ ਦੇ ਬਰਾਬਰ ਹੀ ਆ। ਹਾਲਾਂਕਿ ਮੈਂ ਪਰਸਨਲੀ ਉਸ ਚੀਜ਼ ਨੂੰ ਸਮਝਦਾ ਵੀ ਜਾਪਾਨ ਦੇ ਵਿੱਚ ਬਹੁਤ ਹੀ ਬਿਊਟੀਫੁਲ ਪਲੇਸਿਸ ਨੇ ਇੱਥੇ ਵੀ, ਜਿਹੜੀਆਂ ਕਿ ਆਪਾਂ ਯੂਰੋਪੀਅਨ ਕੰਟਰੀਜ਼ ਨੂੰ ਮਾਤ ਪਾਉਂਦੀਆਂ ਨੇ। ਕੋਈ ਐਗਜ਼ਾਮਪਲ ਤੁਸੀਂ ਦਿਓ ਉਹਨਾਂ ਚੀਜ਼ਾਂ ਦੀ? ਹਾਂਜੀ ਭਾਅ ਜੀ, ਆਪਣਾ ਸਵਿਟਜ਼ਰਲੈਂਡ ਜਿਹੜਾ ਆਪਾਂ ਦੇਸ਼ ਬਹੁਤ ਸੋਹਣਾ ਮੰਨਦੇ ਹਾਂ ਯੂਰੋਪ ਦੇ ਵਿੱਚ, ਉਹਦੇ ਮੁਕਾਬਲੇ ਜੇ ਆਪਾਂ ਆਪਣਾ ਨੌਰਦਰਨ ਪਾਰਟ ਆਫ ਜਪਾਨ ਵਿੱਚ ਇਜ਼ ਕਾਲਡ ਹੋਕਾਇਦੋ, ਹੋਕਾਇਦੋ ਭਾਅ ਜੀ ਬਹੁਤ ਹੀ ਵਧੀਆ ਇੱਕ ਸਟੇਟ ਆ ਜਪਾਨ ਦੀ, ਪ੍ਰੀਫੈਕਚਰ ਕਹਿ ਦਿੰਦੇ ਆ ਵੈਸੇ ਉਹਨੂੰ। ਉਹਦੇ ਵਿੱਚ ਭਾਅ ਜੀ ਆਲਮੋਸਟ ਸਿਮਲਰ ਲੈਵਲ 'ਤੇ ਬਿਊਟੀ ਦੇਖਣ ਨੂੰ ਮਿਲਦੀ ਹੈ ਭਾਅ ਜੀ ਸਵਿਟਜ਼ਰਲੈਂਡ ਦੇ ਮੁਕਾਬਲੇ। ਪਲੱਸ ਭਾਅ ਜੀ ਉੱਥੋਂ ਦੇ ਫੂਡ ਦੇ ਵਿੱਚ ਉਹ ਇੱਕ ਤਰ੍ਹਾਂ ਦੀ, ਮੰਨ ਲਓ ਵੀ ਉਹਨੂੰ ਕਹਿੰਦੇ ਆ ਵੀ ਡੈਰੀ ਆਫ ਜਪਾਨ ਕਹਿੰਦੇ ਆ, ਵੀ ਉੱਥੇ ਡੈਰੀ ਪ੍ਰੋਡਕਟਸ ਬਹੁਤ ਬਣਦੇ ਆ ਜੀ। ਸੋ ਇੱਕ ਤਾਂ ਇਹ ਐਗਜ਼ਾਮਪਲ ਆ ਭਾਅ ਜੀ। ਸੈਕਿੰਡਲੀ ਇੱਥੋਂ ਦੇ ਬੀਚਿਸ ਤੁਸੀਂ ਲਾ ਲਓ, ਜਿਵੇਂ ਆਸਟ੍ਰੇਲੀਆ ਦੇ ਜਾਂ ਯੂਰੋਪ ਦੇ ਬੀਚਿਸ ਬਹੁਤ ਸੋਹਣੇ ਆ, ਤਾਂ ਸਿਮਿਲਰ ਲੈਵਲ 'ਤੇ ਤੁਹਾਨੂੰ ਇੱਥੇ ਵੀ ਮਿਲ ਜਾਣਗੀਆਂ ਉੱਦਾਂ ਦੀਆਂ ਚੀਜ਼ਾਂ। ਸਿਰਫ ਇੱਥੇ ਜ਼ਿਆਦਾ ਪ੍ਰਮੋਟ ਨਹੀਂ ਕਰਦੇ, ਤਾਂ ਨਹੀਂ ਕਰਦੇ ਮੇ ਬੀ, ਕਿਉਂਕਿ ਇਹਨਾਂ ਨੂੰ ਇਹ ਨਹੀਂ ਚਾਹੁੰਦੇ ਕਿ ਸਾਡੇ ਰਿਸੋਰਸਿਸ ਨੂੰ ਐਕਸਪਲੋਇਟ ਨਾ ਕਰਨ ਬਾਹਰੋਂ ਆ ਕੇ ਲੋਕ, ਇਹ ਥੋੜ੍ਹਾ ਜਿਹਾ ਉਸਨੂੰ ਪ੍ਰੀਵੈਂਟ ਕਰਨਾ ਚਾਹੁੰਦੇ ਆ, ਤਾਂ ਕਿ ਬਹੁਤ ਜ਼ਿਆਦਾ ਆ ਕੇ ਇੱਥੇ ਗੰਦ ਨਾ ਮਚੇ, ਥੋੜ੍ਹਾ ਜਿਹਾ ਆਪਣੇ ਹਿਸਾਬ ਨਾਲ ਮੈਂ ਜਿੰਨਾ ਕੁ ਮੈਨੇਜ ਹੋ ਜਾਏ ਇਹਨਾਂ ਕੋਲੋਂ। ਰਾਈਟ, ਸੋ ਤੁਹਾਡੇ ਕਹਿੰਦਾ ਮਤਲਬ ਕਿ ਜਿੰਨਾ ਕੁ ਮੈਨੇਜ ਕਰ ਸਕਦੇ ਆ, ਅਤੇ ਜਿਹੜੀ ਕੁਦਰਤੀ ਜਿਹੜੇ ਉੱਥੋਂ ਦੇ ਸਰੋਤ ਨੇ ਹੈ ਨਾ, ਉਹਨਾਂ ਨੂੰ ਮੇਨਟੇਨ ਜਿੰਨਾ ਕੁ ਕੀਤਾ ਜਾ ਸਕਦਾ ਉਨਾ ਕੀ ਉਹ ਟੂਰਿਸਟ ਜਿਹੜਾ ਵਾ ਉਹ ਐਕਸੈਪਟ ਕਰ ਰਹੇ ਆ ਈਅਰਲੀ ਬੇਸਿਸ 'ਤੇ ਬੇਸਿਕਲੀ, ਰਾਈਟ? ਕਮਰਸ਼ੀਅਲਾਈਜ਼ ਨਾ ਜ਼ਿਆਦਾ ਹੋਵੇ, ਅਤੇ ਜਿਹੜੀ ਉਹਦੀ ਕੁਦਰਤੀ ਜਿਹੜੀ ਉਹਦੀ ਖਿੱਚ ਆ ਕਿਸੇ ਜਗ੍ਹਾ ਦੀ ਜਾਂ ਕੁਦਰਤੀ ਸੁੰਦਰਤਾ ਵਾ ਉਹ ਖਰਾਬ ਨਾ ਹੋਵੇ। ਹਾਂਜੀ ਹਾਂਜੀ ਜੀ, ਬਹੁਤ ਵਧੀਆ। ਅਤੇ ਇੱਕ ਜਿਹੜੀ ਚੀਜ਼ ਆ ਸਾਡੇ 'ਚ ਸੁਣਨ 'ਚ ਆਈ ਆ ਕਿ ਜੀ ਜਾਪਾਨ ਦੇ ਵਿੱਚ ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਵੀ ਮਿਲ ਜਾਂਦੀ ਹੈ, ਕੀ ਗੱਲ ਇਹ ਸੱਚ? ਹਾਂਜੀ ਭਾਅ ਜੀ, ਬਿਲਕੁਲ ਜੀ। ਇੱਕ ਇੱਥੇ ਵੈਸੇ ਤਾਂ ਤੁਹਾਨੂੰ ਮੋਸਟਲੀ ਪਲੇਸਿਸ 'ਤੇ ਮਿਲ ਜਾਏਗੀ ਹੈ, ਪਰ ਇੱਕ ਸਪੈਸ਼ਲ ਬੰਦਾ ਇੱਕ ਆਪਣਾ ਜੈਪਨੀਜ਼ ਹੈਗਾ ਜੀ, ਉਹ ਆਪਣੇ ਇਬਾਰਾਕੀ ਪ੍ਰੀਫੈਕਚਰ 'ਚ ਆ। ਉਹ ਭਾਅ ਜੀ ਬੰਦਾ ਜੈਪਨੀਜ਼ ਹੋਣ ਦੇ ਬਾਵਜੂਦ ਆਪਣੇ ਇੰਡੀਆ ਦੇ ਤਰੀਕੇ ਨਾਲ, ਜਿੱਦਾਂ ਕਿ ਆਡੀਆਂ ਬੀਬੀਆਂ ਚੁੱਲ੍ਹੇ 'ਤੇ ਸਾਗ ਬਣਾਉਂਦੀਆਂ ਨੇ ਅਤੇ ਮੱਕੀ ਦੀ ਰੋਟੀ ਅੱਗ ਬਾਲ ਕੇ ਉਹਦੇ 'ਤੇ ਬਣਾਇਆ ਜਾਂਦਾ ਸਾਰਾ ਕੁਛ, ਉਸੇ ਤਰੀਕੇ ਨਾਲ ਇੱਥੋਂ ਤੱਕ ਕਿ ਦਾਲ ਵੀ ਉੱਦਾਂ ਹੀ ਬਣਾਉਂਦਾ ਉਹ। ਅਤੇ ਭਾਅ ਜੀ ਉਹ ਮੈਂ ਕਹਿੰਦਾ ਵੀ ਇੰਨਾ ਆਪਣੇ ਆਪ ਨੂੰ ਡਿਵੋਟ ਕਰ ਗਿਆ ਪੰਜਾਬੀ ਫੂਡ ਦੇ ਵਿੱਚ, ਉਹਨੂੰ ਇੰਨਾ ਪਸੰਦ ਆ, ਉਹ ਸਾਰਾ ਕੁਛ ਇੰਡੀਆ ਇੱਕ ਲੁਧਿਆਣੇ ਦੇ ਪਿੰਡ 'ਚੋਂ ਸਿੱਖ ਕੇ ਆਇਆ ਜੀ, ਉਹ ਇੱਥੇ ਆ ਕੇ ਰੈਸਟੋਰੈਂਟ ਖੋਲ੍ਹਿਆ, ਦੋਨੇ ਹਸਬੈਂਡ ਅਤੇ ਵਾਈਫ ਨੇ। ਵਾਹ ਜੀ। ਅਤੇ ਭਾਅ ਜੀ ਉਹ ਵਨ ਆਫ ਦਾ ਬੈਸਟ ਥਿੰਗਸ ਆ, ਤੁਸੀਂ ਜ਼ਰੂਰ ਟਰਾਈ ਕਰਿਓ ਜਦੋਂ ਇੱਥੋਂ ਆਓਗੇ। ਅਤੇ ਗੁਰਮੋਹਿਤ ਭਾਅ ਜੀ, ਇੱਕ ਚੀਜ਼ ਬੜੀ ਸੁਣਨ ਨੂੰ ਮਿਲੀ ਹੈ ਇੱਥੇ ਕਿ ਜਾਪਾਨ ਦੇ ਜਿਹੜੇ ਲੋਕ ਨੇ ਸਮੇਂ ਦੇ ਬੜੇ ਪੱਕੇ ਨੇ, ਸਕਿੰਟ ਸਕਿੰਟ ਦਾ ਹਿਸਾਬ ਰੱਖਦੇ ਨੇ, ਇਹ ਗੱਲ ਕਿੰਨੀ ਕੁ ਸੱਚੀ ਆ? ਭਾਅ ਜੀ ਵੈਰੀ ਨਾਈਸ ਕੁਐਸਚਨ। ਭਾਅ ਜੀ ਇੱਕ ਇਹ ਹੈ ਵੀ ਇੱਥੋਂ ਦਾ ਵਰਲਡ ਦੇ ਵਿੱਚ ਮਿਸਾਲ ਦਿੱਤੀ ਜਾਂਦੀ ਹੈ ਵੀ ਜਾਪਾਨੀ ਲੋਕ ਜਿਹੜੇ ਆ ਟਾਈਮ ਦੇ ਪਾਬੰਦ ਨੇ, ਅਤੇ ਉਹ ਭਾਅ ਜੀ 100% ਸੱਚ ਆ ਗੱਲ ਜੀ। ਮੈਂ ਪਰਸਨਲ ਲੈਵਲ 'ਤੇ ਬੜੀਆਂ ਚੀਜ਼ਾਂ ਸਿੱਖੀਆਂ ਨੇ ਭਾਅ ਜੀ ਇਤਨਾ, ਉਹ ਇੱਕ ਇੱਕ ਮਿੰਟ ਦੋ ਦੋ ਮਿੰਟ ਦੇ ਵਿੱਚ ਵੀ ਤੁਸੀਂ ਕਈ ਚੀਜ਼ਾਂ ਤੋਂ ਖੁੰਝ ਜਾਂਦੇ ਭਾਅ ਜੀ ਇੱਥੇ ਜੀ। ਟਾਈਮ ਦੀ ਬਹੁਤ ਵੈਲਿਊ ਕਰਦੇ ਆ ਭਾਅ ਜੀ ਇਹ। ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਮੇਰੇ ਫਰੈਂਡ ਨੇ ਅਬਾਊਟ 2 ਮੰਥਸ ਅਗੋ ਭਾਅ ਜੀ ਇੱਕ ਟ੍ਰੇਨ 'ਤੇ ਜਾਂਦਿਆਂ ਹੋਇਆ, ਉਹ ਟ੍ਰੇਨ ਉਹਦੀ ਲੇਟ ਹੋ ਗਈ, ਯਾਨੀ ਕਿ ਪਲੈਟਫਾਰਮ 'ਤੇ ਨਹੀਂ ਆਈ ਜੀ। ਮੇਰੇ ਹਿਸਾਬ ਨਾਲ 15 ਕੁ ਮਿੰਟ ਦਾ ਫਰਕ ਪੈ ਗਿਆ ਸੀ ਸ਼ਾਇਦ, 15 ਮਿੰਟ ਨਹੀਂ ਸੋਰੀ, ਅਬਾਊਟ ਲੈੱਸ ਦੈਨ 10 ਮਿੰਟਸ ਦਾ ਹੀ ਸੀਗਾ ਜੀ। ਅਤੇ ਭਾਅ ਜੀ ਉਹਨੇ ਜਦੋਂ ਔਫਿਸ ਪਹੁੰਚਿਆ, ਤਾਂ ਔਫਿਸ ਪਹੁੰਚਣ ਤੋਂ ਪਹਿਲਾਂ ਟ੍ਰੇਨ ਸਟੇਸ਼ਨ ਦੇ ਉੱਤੇ ਉਹਨੂੰ ਇੱਕ ਕਾਰਡ ਦੇ ਦਿੱਤਾ ਜਾਂਦਾ, ਅਤੇ ਉਹਦੇ 'ਤੇ ਅਪੋਲੋਜੀ ਲਿਖੀ ਹੁੰਦੀ ਹੈ ਵੀ ਇਹ ਤੁਸੀਂ ਆਪਣੀ ਕੰਪਨੀ ਨੂੰ ਦੇਣਾ, ਅਸੀਂ ਅਪੋਲੋਜੀ ਮੰਗ ਰਹੇ ਹਾਂ ਤੁਹਾਡੀ ਕੰਪਨੀ ਤੋਂ ਕਿ ਤੁਸੀਂ ਸਾਨੂੰ ਆਪਣਾ ਬਿੱਲ ਭੇਜ ਦਿਓ, ਅਸੀਂ ਤੁਹਾਡਾ ਇੰਪਲੋਈ ਲੇਟ ਕਰਤਾ ਜੀ। ਸੋ ਇਸ ਲੈਵਲ ਦੇ ਉੱਤੇ ਉਹ ਇੱਕ ਟਾਈਮ ਨੂੰ ਵੈਲਿਊ ਕਰਦੇ ਆ ਕਿ ਜੇ ਬੰਦਾ ਕੋਈ ਲੇਟ ਹੋ ਗਿਆ ਅਤੇ ਉਹ ਕਿਸੇ ਪਬਲਿਕ ਟਰਾਂਸਪੋਰਟ ਕਰਕੇ ਲੇਟ ਹੋਇਆ, ਤਾਂ ਉਹ ਤੁਹਾਨੂੰ ਇੱਕ ਬਕਾਇਦਾ ਚਿੱਠ ਦੇਣਗੇ ਜਾਂ ਇੱਕ ਲੈਟਰ ਦੇਣਗੇ ਜਿਹਦੇ 'ਤੇ ਤੁਸੀਂ ਕੰਪਨੀ ਨੂੰ ਦਿਖਾ ਸਕਦੇ ਹੋ, ਕੰਪਨੀ ਉਹ ਬਿੱਲ ਤੁਹਾਨੂੰ ਪਬਲਿਕ ਟਰਾਂਸਪੋਰਟ ਡਿਪਾਰਟਮੈਂਟ ਨੂੰ ਭੇਜੇਗੀ ਵੀ ਤੁਸੀਂ ਸਾਡਾ ਬੰਦਾ ਲੇਟ ਕਰਤਾ ਇੰਨਾ ਚਿਰ, ਤੁਸੀਂ ਇਸ ਚੀਜ਼ ਦੇ ਰਿਸਪੋਂਸੀਬਲ ਹੋ ਅਤੇ ਸਾਨੂੰ
ਪੈਸੇ ਭੇਜੋ ਇਸ ਚੀਜ਼ ਦੇ। ਹੁਣ ਇੱਕ ਬੰਦੇ ਲੇਟ ਹੋਣ ਕਰਕੇ ਨਹੀਂ, ਉਹਨੂੰ ਇੱਕ ਟ੍ਰੇਨ ਦੇ ਵਿੱਚ ਇੱਕ ਕੰਪਨੀ ਦੇ ਕਿੰਨੇ ਕੁ ਇੰਪਲੋਈਜ਼ ਜਾ ਰਹੇ ਆ ਅਤੇ ਉਹ ਕਿੰਨੇ ਜਾਣੇ ਲੇਟ ਹੋਏ ਹੋਣਗੇ, ਉਹਨੂੰ ਅਕਿਊਮੂਲੇਟ ਕਰਕੇ ਉਹ ਸਾਰਾ ਬਿੱਲ ਭੇਜਦੇ ਆ। ਉਹ ਸਾਰਾ ਖਰਚਾਨਾ ਜਿਹੜਾ ਹੈਗਾ ਸੀ ਉਹ ਟ੍ਰੇਨ ਦੀ ਜਿਹੜੀ ਕੰਪਨੀ ਆ ਉਹਨਾਂ ਨੇ ਪੇ ਕੀਤਾ। ਹਾਂਜੀ ਭਾਅ ਜੀ, ਹਾਂਜੀ ਵਾਹ, ਇਸ ਹਿਸਾਬ ਨਾਲ ਜੇ ਇੰਡੀਆ ਦੇ ਵਿੱਚ ਪੇ ਕਰਨ ਲੱਗ ਪੈਣਾ ਤਾਂ ਮੈਨੂੰ ਲੱਗਦਾ ਕਿ ਇੰਡੀਅਨ ਰੇਲਵੇਜ਼ ਜਿਹੜੀ ਆ ਉਹ ਦੋਵਾਂ ਦਿਨਾਂ ਦੇ ਵਿੱਚ ਬੈਂਕਰਪਟ ਹੋ ਜੇ। ਅਤੇ ਸੋ ਗੁਰਮੋਹਿਤ ਸਿੰਘ ਜੀ, ਇਸ ਤੋਂ ਇਲਾਵਾ ਕੋਈ ਸਪੈਸ਼ਲ ਮੈਸੇਜ ਜਿਹੜਾ ਵਾ ਤੁਸੀਂ ਦੇਣਾ ਚਾਹੁੰਦੇ ਹੋ ਜਿਹੜੇ ਪੰਜਾਬੀ ਚਾਹਵਾਨ ਹੋਣ ਜਪਾਨ ਦੇ ਵਿੱਚ ਆਉਣ ਦੇ, ਕਿਉਂਕਿ ਪੰਜਾਬੀਆਂ ਨੂੰ ਹੁੰਦਾ ਕਿ ਮਿਹਨਤ ਪਸੰਦ ਕੌਮ ਆ ਕਿ ਅਸੀਂ ਉੱਥੇ ਜਾ ਕੇ ਆਪਣੀ ਲਾਈਫ ਵੀ ਸਟੇਬਲ ਕਰ ਸਕੀਏ ਅਤੇ ਪੈਸੇ ਕਮਾਉਣ ਦਾ ਇੱਕ ਸੋਰਸ ਜਿਹੜਾ ਵਾ ਉਹ ਵੀ ਚੰਗਾ ਬਣ ਜੇ, ਅਤੇ ਜਾਂ ਟੂਰਿਸਟ ਜਿਹੜੇ ਆਉਣਾ ਚਾਹੁੰਦੇ ਨੇ ਉਹਨਾਂ ਵਾਸਤੇ ਕੋਈ ਮੁੱਖ ਸੁਨੇਹਾ ਤੁਸੀਂ ਦੇਣਾ ਚਾਹੁੰਦੇ ਹੋ? ਹਾਂਜੀ ਭਾਅ ਜੀ, ਬਸ ਇੱਕ ਇਹੋ ਹੀ ਹੈ ਵੀ ਜਿਹੜਾ ਵੀ ਕੋਈ ਵੀ ਕਮਿਊਨਿਟੀ ਤੋਂ ਪੰਜਾਬੀ 'ਚੋਂ ਕਿਸੇ ਵੀ ਆਪਣੇ ਪੰਜਾਬੀ ਵੀਰ ਆ ਰਹੇ ਨੇ ਅਤੇ ਇੱਕੋ ਹੀ ਚੀਜ਼ ਸੋਚਣ ਵੀ ਜੇ ਤੁਹਾਡੇ ਕੋਲ ਲੈਂਗੁਏਜ ਦੇ ਵਿੱਚ ਥੋੜ੍ਹੀ ਬਹੁਤੀ ਪ੍ਰੋਫੀਸ਼ੀਐਂਸੀ ਹੈਗੀ ਹੈ ਅਤੇ ਇਟ ਇਜ਼ ਗੋਇੰ ਟੂ ਬੀ ਪੀਸ ਆਫ ਕੇਕ, ਤੁਹਾਨੂੰ ਬਹੁਤ ਜ਼ਿਆਦਾ ਰਿਸਪੈਕਟ ਮਿਲੇਗੀ ਉਸ ਚੀਜ਼ ਦੀ ਅਤੇ ਤੁਹਾਡੇ ਲਈ ਬਹੁਤ ਜ਼ਿਆਦਾ ਡੋਰਸ ਖੁੱਲ੍ਹ ਜਾਣਗੇ ਜੀ। ਉਹ ਆਪਾਂ ਬੇਸਿਕਲੀ ਸਾਰੇ ਕੰਟਰੀਜ਼ ਬਾਰੇ ਵੀ ਨਹੀਂ ਕਹਿ ਸਕਦੇ, ਇੱਥੋਂ ਦੇ ਲੋਕ ਉਸ ਚੀਜ਼ ਨੂੰ ਬਹੁਤ ਵੈਲਿਊ ਕਰਦੇ ਆ। ਅਤੇ ਜੇ ਟੂਰਿਜ਼ਮ ਦੇ ਵਿੱਚੋਂ ਆਈਏ ਤਾਂ ਲੈਂਗੁਏਜ ਨਾ ਆਉਣ ਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਹੈਗੀ, ਇੱਥੇ ਤੁਸੀਂ ਬੜੇ ਤਰੀਕੇ ਨੇ ਹਰੇਕ ਚੀਜ਼ ਨੂੰ ਜਾਣਨ ਦੇ, ਉਸ ਚੀਜ਼ ਨੂੰ ਐਕਸਪੀਰੀਅੰਸ ਕਰਨ ਦੇ, ਤੁਸੀਂ ਕਦੇ ਵੀ ਫੇਲ ਨਹੀਂ ਹੋਵੋਗੇ। ਐਵਰੀਬਡੀ ਜਿਹੜਾ ਵੀ ਇੱਕ ਵਾਰੀ ਜਪਾਨ 'ਚ ਰਹਿ ਜਾਂਦਾ ਭਾਅ ਜੀ, ਉਹ ਲਾਈਫ ਦੇ ਵਿੱਚ ਕਹਿੰਦੇ ਆ ਵੀ ਦੂਜੀ ਵਾਰੀ ਉੱਥੇ ਫਿਰ ਆਉਂਦਾ ਹੀ ਆਉਂਦਾ, ਚਾਹੇ ਉਹ ਟੂਰਿਸਟ ਹੈ ਅਤੇ ਚਾਹੇ ਉਹ ਬੰਦਾ ਉੱਥੇ ਇੱਕ ਆਪਣੇ ਆਪ ਨੂੰ ਥਰਾਈਵ ਕਰ ਰਿਹਾ ਜਾਂ ਉੱਥੇ ਰਹਿ ਰਿਹਾ ਵਾ, ਉਹ ਜੇ ਉੱਥੋਂ ਚਲਾ ਵੀ ਜਾਂਦਾ ਤਾਂ ਦੁਬਾਰਾ ਉੱਥੇ ਆਊਗਾ, ਬਿਕੋਜ਼ ਇਹ ਕੁਦਰਤੀ ਕਹਿ ਲਓ ਜਾਂ ਉੱਥੋਂ ਦੇ ਲੋਕਾਂ ਦਾ ਬਿਲੀਵ ਆ, ਇਹ ਬਹੁਤ ਵਧੀਆ ਹੀ ਇੱਕ ਮੰਨਿਆ ਜਾਂਦਾ ਕਿ ਇੱਕ ਉਹਨਾਂ ਨੂੰ ਵਰਦਾਨ ਮਿਲਿਆ ਹੋਇਆ। ਸੋ ਇਸ ਤੋਂ ਮੈਂ ਮੈਸੇਜ ਇਹੀ ਦੇਣਾ ਚਾਹੁੰਦਾ ਕਿ ਇਸ ਕੰਟਰੀ ਨੂੰ ਇੱਕ ਤਰ੍ਹਾਂ ਦਾ ਬਿਲਕੁਲ ਹੀ ਅੰਡਰਡੋਗ ਮੰਨਿਆ ਹੋਇਆ ਅਤੇ ਇਹਦੇ 'ਚ ਬਹੁਤ ਚੀਜ਼ਾਂ ਨੇ ਜਿਹੜੀਆਂ ਆਪਣੇ ਬੰਦੇ ਆ ਕੇ ਇੱਥੇ ਮੈਂ ਕਹਿੰਦਾ ਵੀ ਤਰੱਕੀਆਂ ਕਰ ਸਕਦੇ ਆ ਉਹਦੇ ਵਿੱਚ, ਕਿਸੇ ਵੀ ਫੀਲਡ ਦੇ ਵਿੱਚ ਆਉਣ, ਚਾਹੇ ਇੰਜੀਨੀਅਰਿੰਗ ਦੇ ਵਿੱਚ, ਚਾਹੇ ਵਾਈਟ ਕਾਲਰ ਜੋਬ 'ਚ ਆ ਜਾਓ, ਚਾਹੇ ਬਲੂ ਕਾਲਰ 'ਚ ਆ ਜਾਓ, ਤੁਹਾਡੇ ਲਈ ਡੋਰਸ ਓਪਨ ਆ। ਆਪਣੇ ਲੈਵਲ 'ਤੇ ਕਈ ਚੀਜ਼ਾਂ ਆਪਾਂ ਇੱਥੇ ਕੱਟ ਸਕਦੇ ਹਾਂ। ਵਾਹ ਜੀ। ਸੋ ਗੁਰਮੋਹਿਤ ਸਿੰਘ ਜੀ, ਤੁਹਾਡਾ ਸਮਾਂ ਦੇਣ ਵਾਸਤੇ, ਜੇ ਮੈਂ ਵੇਖਿਆ ਜਾਵੇ ਜਿੰਨਾ ਜਪਾਨ 'ਚ ਸਮਾਂ ਕੀਮਤੀ ਹੈ, ਅਤੇ ਇਹ ਤਾਂ ਫਿਰ ਤੁਹਾਡਾ ਤਾਂ ਇੱਕ ਸਪੈਸ਼ਲ ਥੈਂਕ ਯੂ ਕਹਿਣਾ ਬਣਦਾ, ਜਿੰਨਾ ਸਮਾਂ ਤੁਸੀਂ ਸਾਡੇ ਅੱਜ ਸਟੂਡੀਓ ਨੂੰ, ਸਾਡੇ ਚੈਨਲ ਨੂੰ ਤੁਸੀਂ ਦਿੱਤਾ, ਅਤੇ ਸਾਡੇ ਚੈਨਲ ਨੂੰ ਜੁਆਇਨ ਕਰਨ ਵਾਸਤੇ ਅੱਜ ਦੇ ਦਿਨ ਲਈ, ਅਤੇ ਇੱਕ ਜ਼ਰੂਰੀ ਜਾਣਕਾਰੀ ਜਿਹੜੀ ਸਾਡੇ ਦਰਸ਼ਕਾਂ ਨੂੰ ਮੁਹੱਈਆ ਕਰਵਾਉਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਥੈਂਕ ਯੂ ਭਾਅ ਜੀ, ਥੈਂਕ ਯੂ ਵੈਰੀ ਮੱਚ, ਥੈਂਕ ਯੂ ਸੋ ਮੱਚ ਫੋਰ ਗਿਵਿੰਗ ਮੀ ਅ ਚਾਂਸ ਔਨ ਯੋਰ ਪਲੇਟਫਾਰਮ, ਥੈਂਕ ਯੂ। ਸੋ ਦੋਸਤੋ, ਇਹ ਸਨ ਸਾਡੇ ਨਾਲ ਗੁਰਮੋਹਿਤ ਸਿੰਘ ਜਪਾਨ ਟੋਕੀਓ ਤੋਂ, ਅਤੇ ਤੁਹਾਨੂੰ ਇਹ ਐਪੀਸੋਡ ਕਿਸ ਤਰ੍ਹਾਂ ਦਾ ਲੱਗਿਆ ਸਾਨੂੰ ਦੱਸਣਾ ਨਾ ਭੁੱਲਣਾ, ਕਮੈਂਟਸ ਦੇ ਵਿੱਚ ਆਪਣੇ ਸੁਝਾਅ ਦੇਣਾ ਜ਼ਰੂਰ, ਉਹ ਬਿਲਕੁਲ ਨਾ ਭੁੱਲਣਾ। ਅਤੇ ਦੋਸਤੋ, ਸਾਡੇ ਚੈਨਲ ਨੂੰ ਜ਼ੂਮ ਪੰਜਾਬੀ ਟੀ ਵੀ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਇਹ ਐਪੀਸੋਡ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।